ਕੁਰਾਇਆ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ਤੇ ਦੋ ਵਿਅਕਤੀਆਂ ਨੂੰ 35 ਪੇਟੀਆਂ ਨਜਾਇਜ਼ ਸ਼ਰਾਬ ਸਮੇਤ ਗ੍ਰਿਫਤਾਰ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ SHO ਕੇਵਲ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ GT ਰੋਡ ਤੇ ਪੰਜਾਬ ਨੈਸ਼ਨਲ ਬੈਂਕ ਦੇ ਕੋਲ ਇੱਕ ਕਾਰ ਦਾ ਐਕਸੀਡੈਂਟ ਹੋਇਆ ਹੈ ਜਿਸ ਵਿੱਚ ਭਾਰੀ ਮਾਤਰਾ ਵਿੱਚ ਨਜਾਇਜ਼ ਸ਼ਰਾਬ ਹੈ, ਜਿਸ ਤੋਂ ਬਾਅਦ ਤੁਰੰਤ ਮੌਕੇ ਤੇ ਪਹੁੰਚ ਕੇ ਪੁਲਿਸ ਨੇ ਕਾਰ ਚਾਲਕ ਅਤੇ ਕਾਰ ਦੇ ਮਾਲਕ ਨੂੰ ਗ੍ਰਿਫਤਾਰ ਕਰ ਲਿਆ। ਉਹਨਾਂ ਦੱਸਿਆ ਕਿ ਆਰੋਪੀ ਚੰਡੀਗੜ੍ਹ ਤੋਂ ਸ਼ਰਾਬ ਲਿਆ ਕੇ ਫਗਵਾੜਾ ਅਤੇ ਨਾਲ ਲੱਗਦੇ ਇਲਾਕਿਆਂ ਵਿੱਚ ਵੇਚਦੇ ਸਨ। ਹਾਂਜੀ ਸਰ, ਅੱਜ ਇਸੇ ਓਮ ਪ੍ਰਕਾਸ਼ ਸਮੇਤ ਸਾਥੀ ਕਰਮਚਾਰੀਆਂ ਨਾਲ ਬਸ ਸਾਡਾ ਗ੍ਰਾਇਆ ਮੌਜੂਦ ਸੀ। ਮੁਕਰ ਖਾਸ ਨੇ ਇਤਲਾਹ ਦਿੱਤੀ ਕਿ ਪੰਜਾਬ ਨੈਸ਼ਨਲ ਬੈਂਕ ਦੇ ਲਾਗੇ GD ਰੋਡ 'ਤੇ ਇੱਕ ਗੱਡੀ ਵਜਨਦਾਰ ਐਕਸੀਡੈਂਟ ਖੜ੍ਹੀ ਹੈ। ਜੇ ਹੁਣੇ ਉਸਨੂੰ ਕਾਬੂ ਕੀਤਾ ਜਾਵੇ ਤਾਂ ਉਸ ਵਿੱਚ ਗੱਡੀ ਵਿੱਚੋਂ ਭਾਰੀ ਮਾਤਰਾ ਵਿੱਚ ਸ਼ਰਾਬ ਬਰਾਮਦ ਹੋ ਸਕਦੀ ਹੈ, ਜਿਸ 'ਤੇ ਇਸ ਓਮ ਪ੍ਰਕਾਸ਼ ਸਮੇਤ ਸਾਥੀ ਕਰਮਚਾਰੀਆਂ ਨੇ ਮੌਕੇ 'ਤੇ ਜਾ ਕੇ ਦੇਖਿਆ ਅਤੇ ਇੱਕ ਗੱਡੀ XUV ਜਿਸ ਦਾ ਨੰਬਰ PV65S2452 ਰੰਗ ਚਿੱਟਾ ਨੂੰ ਐਕਸੀਡੈਂਟ ਗੱਡੀ ਨੂੰ ਕਾਬੂ ਕੀਤਾ, ਜਿਸ ਦੇ ਖੋਲ੍ਹਣ 'ਤੇ ਜਿਸ ਵਿੱਚੋਂ 35 ਪੇਟੀਆਂ ਸ਼ਰਾਬ ਨਜਾਇਜ਼ ਚੰਡੀਗੜ੍ਹ ਦੀ ਬਰਾਮਦ ਹੋਈ, ਜਿਸ ਦੇ ਮਾਲਕ ਪਵਨ ਕੁਮਾਰ ਸਾਨੂੰ ਬਲਦੇਵ ਰਾਜ ਵਾਸੀ ਫਗਵਾੜਾ ਅਤੇ ਡਰਾਈਵਰ ਸੋਹਣ ਲਾਲ ਵਾਸੀ ਫਗਵਾੜਾ ਨੂੰ ਮੌਕੇ 'ਤੇ ਕਾਬੂ ਕਰਕੇ ਅਗਲੀ ਕਾਰਵਾਈ ਆਉਣੀ ਸੀ। ਕਿੱਥੋਂ ਲਿਆ ਸੀ, ਕਿੱਥੇ ਇਹ ਜਿਹੜੇ ਚੰਡੀਗੜ੍ਹ ਤੋਂ ਲਿਆ ਕੇ ਫਗਵਾੜੇ ਵਿੱਚ ਅਤੇ ਇਸ ਗ੍ਰਾਂ ਦੇ ਏਰੀਏ ਵਿੱਚ ਸਪਲਾਈ ਕਰਦੇ ਸੀ। ਪਹਿਲਾਂ ਵੀ ਕੋਈ ਪਰਚੇ ਹੈਗੇ ਇਹਨਾਂ 'ਤੇ? ਇਹ ਤੇ ਪਵਨ ਕੁਮਾਰ ਦੇ ਪਹਿਲਾਂ 2 ਮੁਕੱਦਮੇ ਦਰਜ ਆ ਫਗਵਾੜੇ ਵਿੱਚ। ਦੇਸ਼ ਵਿਦੇਸ਼ ਬ੍ਰੌਡਕਾਸਟਿੰਗ ਲਈ ਲਾਈਵ ਬ੍ਰੌਡਕਾਸਟ ਲਈ ਅੱਜ ਹੀ ਕਾਲ ਕਰੋ ਹਰਦੀਪ ਸਿੰਘ ਧੱਗੜ ਨੂੰ 99154-23251।